ਸਾਡੇ ਮਹੀਨਾਵਾਰ ਟੈਕ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ ਔਰ ਗੈਜਟ ਗੁਰੂ ਆਕਾਸ਼ ਸਬਲੁਕ ਵੱਖ ਵੱਖ ਇਲੈਕਟ੍ਰੋਨਿਕ ਯੰਤਰ ਅਤੇ ਹੋਰ ਸਾਜੋ ਸਮਾਨ ਲੈ ਕੇ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਆਕਾਸ਼ ਕੀ ਹਾਲ ਚਾਲ ਹੈ ਗੁਰੂ ਤੁਹਾਡੇ ਕੀ ਹਾਲ ਹੈ ਬਹੁਤ ਵਧੀਆ ਜੀ ਆਕਾਸ਼ ਅੱਜ ਤੇ ਬੜੀਆਂ ਡਿਫਰੈਂਟ ਟਾਈਪ ਦੇ ਤੁਸੀਂ ਆਈਟਮ ਲੈ ਕੇ ਆਏ ਹਾਂ ਜੀ ਔਰ ਇਹਨੇ ਸਾਰੀ ਆਈਟਮਸ ਨੇ ਸਾਡਾ ਕਾਫੀ ਟੇਬਲ ਮੱਲਿਆ ਪਿਆ ਜੀ ਇਹਦੇ ਬਾਰੇ ਦੱਸੋ ਇਹ ਕੀ ਚੀਜ਼ ਹੈ ਜੀ ਸੋ ਜਿਹੜਾ ਵੈਕਿਊਮ ਹੈਗਾ ਡਾਈਸਨ DC78 ਹੈਗਾ ਐਕਚੁਅਲੀ ਇਹਦੇ ਨਾਲ ਮੈਂ ਪੂਰਾ ਸਟੂਡੀਓ ਸਾਫ ਕਰ ਸਕਦਾ ਇਹਦੇ ਨਾਲ ਠੀਕ ਹੈ ਜੀ ਸੋ ਕੈਨਿਸਟਰ ਵੈਕਿਊਮ ਹੈਗਾ ਮਤਲਬ ਸੈਪਰੇਟ ਪੀਸ ਹੈਗਾ ਵੈਕਿਊਮ ਜਿਹੜਾ ਹੈਗਾ ਐਂਡ ਫਿਰ ਉਹ ਨਾਲ ਉਹ ਹੈਂਡ ਦੇ ਨਾਲ ਤੁਸੀਂ ਕਰ ਸਕਦੇ ਹੋ ਸੋ ਕਾਰਪੇਟ ਦੇ ਉੱਪਰ ਕਰ ਸਕਦੇ ਹੋ ਤੁਸੀਂ ਹਾਰਡਵੁੱਡ ਫਲੋਰ ਤੇ ਕਰ ਸਕਦੇ ਹੋ ਆਪਣੇ ਬਲਾਈਂਡਸ ਕਾਰਪੇਟ ਸਟੇਅਰਸ ਵਗੈਰਾ ਸਾਰਾ ਕੁਝ ਕਰ ਸਕਦੇ ਹੋ ਇਹਦੇ ਨਾਲ ਹੁਣ ਡਾਈਸਨ ਦਾ ਕੀ ਫੇਮਸ ਹੈਗਾ ਕਿ ਜਿਹੜੇ ਸਾਈਕਲੋਨ ਟੈਕਨੋਲੋਜੀ ਹੈਗੇ ਨਵੇਂ ਹੈਗੇ ਸੈਂਟ੍ਰਿਕ ਇਹਦੇ ਵਿੱਚ ਕੀ ਹੈਗਾ ਕਿ ਕੰਪੈਕਟ ਹੈਗਾ ਠੀਕ ਹੈ ਜੀ ਬਟ ਕਾਫੀ ਪਾਵਰਫੁਲ ਹੈਗਾ ਐਂਡ ਕਾਫੀ ਕੁਆਇਟ ਵੀ ਹੈਗਾ ਸੋ ਘਰ ਦੇ ਵਿੱਚ ਤੁਸੀਂ ਜਦੋਂ ਵੈਕਿਊਮ ਕਰਦੇ ਕਾਫੀ ਨੋਇਜ਼ ਆ ਜਾਂਦੀ ਹੈ ਚਲਾ ਕੇ ਦੇਖੀ ਚਲਾ ਕੇ ਦੇਖ ਲਓ ਤੁਸੀਂ ਬੜਾ ਪਾਵਰਫੁਲ ਲੱਗਦਾ ਜੀ ਇਥੇ ਵੈਰੀ ਪਾਵਰਫੁਲ ਐਂਡ ਬਟਨ ਹੈਗਾ ਦਬਾਉਣ ਤੇ ਹੁਣ ਇਹਦੇ ਵਿੱਚ ਕੀ ਹੈਗਾ ਕਿ ਖਾਸ ਕਿ ਡਾਈਸਨ ਦਾ ਕੀ ਹੁੰਦਾ ਕਿ ਕਦੀ ਉਹ ਬੈਗ ਨਹੀਂ ਪਾਉਂਦੇ ਸੀ ਵਿੱਚ ਅੱਛਾ ਜੀ ਐਂਡ ਹੁਣ ਕੀ ਹੈ ਨਵੇਂ ਵਿੱਚ ਫਿਲਟਰ ਵੀ ਨਹੀਂ ਚਾਹੀਦਾ ਫਿਲਟਰ ਤੋਂ ਬਿਨਾਂ ਹੀ ਜੀ ਫਿਲਟਰ ਤੋਂ ਬਿਨਾਂ ਸੋ ਤੁਸੀਂ ਇੱਕ ਵਾਰੀ ਬਾਈ ਕਰ ਲਓ ਕਦੀ ਫਿਲਟਰ ਚੇਂਜ ਨਹੀਂ ਕਰਨਾ ਪੈਣਾ ਇਹਦੇ ਵਿੱਚ ਫਿਲਟਰ ਹੈਗਾ ਥੋੜ੍ਹਾ ਜਿਹਾ ਡਸਟ ਕਰ ਲਓ ਉਹ ਸਾਫ਼ ਹੋ ਜਾਂਦਾ ਠੀਕ ਹੈ ਐਂਡ ਐਕਚੁਅਲੀ ਜਦੋਂ ਉਹ ਸਾਫ਼ ਕਰਦਾ ਉਹ ਹਵਾ ਨੂੰ ਸਾਫ਼ ਜਦੋਂ ਵੈਕਿਊਮ ਕਰਦਾ ਹਵਾ ਨੂੰ ਸਾਫ਼ ਵੀ ਕਰਦਾ ਆਟੋਮੈਟਿਕ ਕਲੀਨਿੰਗ ਆਟੋਮੈਟਿਕ ਕਲੀਨਿੰਗ ਹੈਗੀ ਹੈ ਇਹ ਕਿਨਾਰਾ ਰੱਖਿਆ ਜੀ ਤੁਸੀਂ ਸੋ ਕਾਫੀ ਅਟੈਚਮੈਂਟਸ ਹੈਗੇ ਆ ਸੋ ਸਟੇਅਰਸ ਵਾਸਤੇ ਵਗੈਰਾ ਇਹ ਡੌਗ ਜਾਂ ਕੈਟ ਵਾਸਤੇ ਇਸ ਅਸੈਸਮੈਂਟ ਹੈਗੇ ਜੋ ਤੁਸੀਂ ਡੌਗ ਜਾਂ ਪੈਰ ਦੇ ਉੱਪਰ ਯੂਜ਼ ਕਰਦੇ ਹੋ ਠੀਕ ਹੈ ਜੀ ਉਹ ਪੈਰ ਨੂੰ ਵੀ ਸਾਫ਼ ਕਰ ਸਕਦੇ ਤੁਸੀਂ ਕੀ ਬਾਤ ਆ ਜੀ ਉਹ ਤਾਂ ਮਹਿੰਗਾ ਤੇ ਨਹੀਂ ਜੀ ਕਿਤੇ ਮਹਿੰਗਾ ਹੈਗਾ ਬਟ ਤੁਸੀਂ ਇੱਕ ਵਾਰੀ ਬਾਏ ਕਰ ਲਓ ਕਦੇ ਰਿਪਲੇਸ ਕਰ $700 ਦਾ ਹੈਗਾ $700 ਸੋ ਕਾਫੀ ਮਹਿੰਗਾ ਹੈਗਾ ਬਟ ਆਈ ਮੀਨ ਇੱਕ ਵੈਕਿਊਮ ਸਾਰੇ ਘਰ ਵਾਸਤੇ ਬਹੁਤ ਸੋਹਣਾ ਚੱਲਦਾ ਠੀਕ ਹੈ ਜੀ ਆ ਰੱਖਿਆ ਜੀ ਤੁਸੀਂ ਬੜੀ ਪਿਆਰੀ ਚੀਜ਼ ਰੱਖੀ ਹੈ ਗਰੋਵ ਮੇਡ ਲੈਂਪ ਹੈਗਾ ਸੋ ਗਰੋਵ ਮੇਡ ਨਵੀਂ ਕੰਪਨੀ ਆਈ ਹੈ ਐਂਡ ਉਹ ਐਕਸੈਸਰੀਜ਼ ਬਣਾਉਂਦੇ ਸੋ ਆਪਣੇ ਕੰਪਿਊਟਰ ਵਾਸਤੇ ਸਟੈਂਡ ਬਣਾਉਂਦੇ ਕੀਬੋਰਡ ਸਟੈਂਡ ਹੈਗਾ ਇਹ ਲੈਂਪ ਹੈਗਾ ਤੁਸੀਂ ਬਟਨ ਦਬਾ ਦਿਓ ਸੋ ਕਾਫੀ ਸੋਹਣਾ ਲੈਂਪ ਹੈਗਾ ਡੈਸਕ ਦੇ ਉੱਪਰ ਸੋਹਣਾ ਲੱਗਦਾ ਹੈ ਇਹ ਆਫਿਸ ਡੈਸਕ ਦੇ ਉੱਪਰ ਖਾਸ ਕੀ ਹੈਗਾ ਕਿ ਵਾਲਨਟ ਇਹਨੂੰ ਸਟੈਂਡ ਕਹਿੰਦੇ ਹੈ ਹੈਂਡ ਮੇਡ ਹੈਗਾ ਅੱਛਾ ਜੀ ਹੱਥ ਨਾਲ ਬਣਾਇਆ ਗਿਆ ਹੱਥ ਨਾਲ ਬਣਾਇਆ ਸੋ ਅੱਜ ਕੱਲ੍ਹ ਕੁਛ ਹੱਥ ਨਾਲ ਕੁਛ ਨਹੀਂ ਬਣਦਾ ਅੱਜ ਕੱਲ੍ਹ $100 ਦਾ ਹੈਗਾ ਥੋੜ੍ਹਾ ਮਹਿੰਗਾ ਪਰ ਹੈਂਡ ਮੇਡ ਹੈਗਾ ਸੋ ਤੁਸੀਂ ਪ੍ਰਾਊਡ ਕਰ ਸਕਦੇ ਹੋ ਕਿ ਮੇਰੇ ਡੈਸਕ ਦੇ ਉੱਪਰ ਪਏ ਹੋਇਆ ਤੁਸੀਂ ਦੇਖੋ ਕਿੰਨਾ ਸੌਫਟ ਹੈਗਾ ਐਂਡ ਰਬਿੰਗ ਸਟੇਨ ਵਗੈਰਾ ਸਾਰਾ ਕੁਝ ਹੱਥ ਨਾਲ ਹੀ ਕਰਦੇ ਆ ਕਲੈਕਟਿਵ ਆਈਟਮ ਕੇ ਕਲੈਕਟਿਵ ਆਈਟਮ ਤੁਸੀਂ ਸੋਚੋ ਠੀਕ ਹੈ ਜੀ ਇੱਕ ਛੋਟੀ ਜਿਹੀ ਚੀਜ਼ ਹੈ ਜੀ ਡੱਬੀ ਜੀ ਸੋ ਫਿਜਿਟਸੂ ਡੱਬੀ ਜੀ ਹੈਗੇ ਫਿਜਿਟਸੂ ਜਿਹੜੇ ਹੈਗੇ ਉਹ ਕਾਫੀ ਸੋਹਣੇ ਸਕੈਨਰ ਬਣਾਉਂਦੇ ਆ ਠੀਕ ਹੈ ਜੀ ਐਂਡ ਆਫਿਸ ਵਾਸਤੇ ਘਰ ਵਾਸਤੇ ਜੇ ਤੁਸੀਂ ਰੀਅਲਟਰ ਆਏਗਾ ਤੁਸੀਂ ਸਕੈਨਰ ਚਾਹੀਦਾ ਤਾਂ ਆਪਣੇ ਕਾਰਡ ਦੇ ਵਿੱਚ ਪੋਰਟੇਬਲ ਸਕੈਨਰ ਹੈਗਾ ਸੋ ਦਿਸ ਇਜ਼ ਦਾ IX100 ਮੈਂ ਖੋਲਣਾ ਤੁਹਾਡੇ ਵਾਸਤੇ ਦੇਖਣਾ ਤੁਸੀਂ ਹੁਣ ਇਹਦੇ ਵਿੱਚ ਕੀ ਹੈ ਦੇਖੋ ਆਨ ਹੋ ਗਿਆ ਸੋ ਬੈਟਰੀ ਪਾਵਰਡ ਹੈਗਾ ਓਕੇ ਜੀ ਜਾਂ ਤੁਸੀਂ ਆਪਣੇ USB ਪੋਰਟ ਜਿਹੜੇ ਕੰਪਿਊਟਰ ਦੇ ਨਾਲ ਤੁਸੀਂ ਅਟੈਚ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਆਈਫੋਨ ਦੇ ਵਿੱਚ ਵੀ ਐਪ ਹੈਗਾ ਓਕੇ ਜੀ ਸੋ ਜੋ ਤੁਸੀਂ ਸਕੈਨ ਕਰਕੇ ਉਹਦੇ ਵਿੱਚ ਆ ਜਾਂਦਾ ਠੀਕ ਹੈ ਜੀ ਐਂਡ ਇੱਕ ਛੋਟੀ ਡਿਵਾਈਸ ਵਿੱਚ ਤਕਰੀਬਨ $200 ਦਾ ਹੈਗਾ ਬਟ ਸਾਰਾ ਕੁਝ ਪੋਰਟੇਬਲ ਹੈਗਾ ਠੀਕ ਹੈ ਜੀ ਐਂਡ ਇੱਕ ਪੇਜ ਕਲਰ ਪੂਰਾ ਪੇਜ 5 ਸੈਕਿੰਡ ਵਿੱਚ ਕਰ ਸਕਦਾ ਵਨ ਸਟਾਪ ਸ਼ਾਪ ਹਾਂ ਜੀ ਵਨ ਸਟਾਪ ਸ਼ਾਪ ਜੀ ਠੀਕ ਹੈ ਜੀ ਆ ਕੈਮਰਾ ਰੱਖਿਆ ਜੀ ਬੜਾ ਕਨਵੈਨਸ਼ਨਲ ਜਿਹਾ ਵੈਸੇ ਲੱਗਦਾ ਸੋ ਫੂਜੀ ਫਿਲਮ ਮੇਕਸ ਜਿਹੜੇ ਕੈਮਰਾ ਬਹੁਤ ਸੋਹਣੇ ਬਣਾਉਂਦੇ ਆ ਨਵਾਂ ਮਾਡਲ ਆ ਗਿਆ X30 ਨਾ ਮੈਂ ਕਹਿੰਦਾ ਨਵਾਂ ਮਾਡਲ ਆ ਗਿਆ ਪਰ ਪੁਰਾਣਾ ਮਾਡਲ ਲੱਗਦਾ ਜਿਵੇਂ ਦੇ ਸਟਾਈਲਿੰਗ ਨਹੀਂ ਹੁੰਦੀ ਸੀ ਪੁਰਾਣੇ ਕੈਮਰਾ ਦੀ ਕਾਫੀ ਸੋਹਣਾ ਹੈਗਾ ਨਵੀਂ ਗ੍ਰਿਪ ਆਈ ਹੈ ਸਾਲ ਦੇ ਜਿਹੜੇ ਪਹਿਲੇ X20 ਹੁੰਦਾ ਸੀ ਹੁਣ X30 ਆ ਗਿਆ ਸੈਂਸਰ ਦੇ ਵਿੱਚ ਬਹੁਤ ਸੋਹਣਾ ਹੈਗਾ ਪਰ ਖਾਸ ਕੀ ਹੈਗਾ ਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਇੱਕ ਤੇ ਜਿਹੜੇ ਫਲੈਸ਼ ਬਿਲਟਨ ਹੈਗੀ ਹੈ ਰਾਈਟ ਸੋ ਤੁਸੀਂ ਇਹਨੂੰ ਫਲੈਸ਼ ਰਾਈਟ ਅਵੇ ਯੂਜ਼ ਕਰ ਸਕਦੇ ਹੋ ਸੈਕਿੰਡ ਆਫ ਆਲ ਜਿਹੜੇ ਇਹਦੇ ਵਿੱਚ ਸੈਂਸਰ ਹੈਗਾ ਤੁਸੀਂ ਮੂਵੀ ਸ਼ੂਟ ਕਰਨਾ ਚਾਹੁੰਦੇ ਹੋ ਤੁਸੀਂ ਫੁੱਲ 180p ਮੂਵੀ ਸ਼ੂਟ ਕਰ ਸਕਦੇ ਹੋ ਪਰ ਹਾਈ ਸਪੀਡ ਵੀ ਕਰ ਸਕਦੇ ਹੋ ਅੱਛਾ ਜੀ ਹਾਈ ਸਪੀਡ ਕਰ ਸਕਦੇ ਹੋ ਨਾਲੇ ਆਈਫੋਨ ਦੇ ਐਪ ਆਉਂਦਾ ਤੁਸੀਂ ਆਪਣੇ ਐਪ ਦੇ ਇੱਕ ਤੇ ਫਾਈਲ ਜਿਹੜੇ ਇਹਦੇ ਵੀ ਫੋਟੋ ਖਿੱਚ ਕੇ ਆਪ ਤੁਸੀਂ ਆਪ ਫੋਨ ਤੇ ਟ੍ਰਾਂਸਫਰ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਫੋਨ ਸ਼ਟਰ ਬਟਨ ਯੂਜ਼ ਕਰ ਸਕਦੇ ਹੋ ਵਾਈਫਾਈ ਕੰਪੈਟੀਬਲ ਵਾਈਫਾਈ ਕੰਪੈਟੀਬਲ ਹੈਗਾ ਹਾਂਜੀ ਠੀਕ ਹੈ ਜੀ ਕੀਮਤ ਕਿੰਨੀ ਹੈ ਜੀ ਦੀ ਤਕਰੀਬਨ $600 ਦਾ ਹੈਗਾ $600 ਦਾ ਨਾਟ ਅਬਾਊਟ ਨਾਟ ਬੈਡ ਜੀ ਨਾਟ ਬੈਡ ਹਾਂਜੀ ਆਪਣੀ ਅਗਲੀ ਕੀ ਹੈ ਜੀ ਛੋਟੀ ਜਿਹੀ ਆਈਟਮ ਮੈਨੂੰ ਇਧਰੋਂ ਨਜ਼ਰ ਨਹੀਂ ਆਉਂਦੀ ਪਈ ਜੀ ਅਗੇਨ ਇੱਕ ਹੋਰ ਕੈਮਰਾ ਹੈਗਾ ਪਰ ਇਹ ਕੈਮਰਾ ਘਰ ਵਾਸਤੇ ਹੈਗਾ ਅੱਛਾ ਜੀ ਸੋ ਮੈਂ ਦਿਖਾਣਾ ਇੱਥੇ ਤੁਸੀਂ ਦੇਖੋ ਸਾਈਡ ਤੇ ਇਹ ਬਸ ਆਹੀ ਕੈਮਰਾ ਹੈਗਾ ਤੁਸੀਂ ਪਲੱਗ ਦੇ ਵਿੱਚ ਪਾ ਦਿਓ ਹੁਣ ਇਹਦੇ ਵਿੱਚ ਕੀ ਹੈ ਕਿ ਐਪ ਦੇ ਨਾਲ ਤੁਸੀਂ ਸੈਟਅਪ ਕਰਦੇ ਹੋ ਸੋ ਆਪਣੇ ਫੋਨ ਦੇ ਉੱਪਰ ਤੁਸੀਂ ਐਪ ਦੇ ਨਾਲ ਦੇ ਸਾਹਮਣੇ ਪਾ ਕੇ ਆਟੋਮੈਟਿਕਲੀ ਉਹ ਕਾਰ ਦੇ ਵਿੱਚ ਜਿਹੜੀ ਵਾਈਫਾਈ ਹੈਗਾ ਰੈਕਗਨਾਈਜ਼ ਕਰਦਾ ਠੀਕ ਹੈ ਜੀ ਐਂਡ ਜਿੱਥੇ ਵੀ ਤੁਸੀਂ ਜਾ ਸਕਦੇ ਤੁਸੀਂ ਆਪਣੇ ਆਫਿਸ ਜਾ ਸਕਦੇ ਤੁਸੀਂ ਹਾਲੀਡੇ ਤੇ ਜਾ ਸਕਦੇ ਹੋ ਤੁਸੀਂ ਇੰਡੀਆ ਜਾ ਸਕਦੇ ਹੋ ਆਪਣੇ ਫੋਨ ਦੇ ਉੱਪਰ ਤੁਸੀਂ ਆਪਣਾ ਕਾਰ ਦੇਖ ਸਕਦੇ ਹੋ ਕਰਦੀ ਮਤਲਬ ਇਹ ਤੇ ਫਿਰ ਸਰਵੇਲੈਂਸ ਹੋ ਗਈ ਜੀ ਐਗਜ਼ੈਕਟਲੀ ਐਗਜ਼ੈਕਟਲੀ ਸੋ ਕੀ ਹੈ ਕਿ ਦਿਸ ਇਜ਼ ਅ ਡ੍ਰੌਪ ਕੈਮ ਪ੍ਰੋ $150 ਦਾ ਹੈਗਾ ਤੁਸੀਂ ਘਰ ਦੇ ਵਿੱਚ ਅਪ ਟੂ 5 ਕੈਮਰਸ ਲਾ ਸਕਦੇ ਹੋ ਅੱਛਾ ਜੀ ਕੁਝ ਵੀ ਦੇਖ ਸਕਦੇ ਹੋ ਤੁਸੀਂ ਕਿ ਘਰ ਦੇ ਵਿੱਚ ਕੀ ਹੋ ਰਿਹਾ ਆਊਟਸਾਈਡ ਲਾ ਸਕਦੇ ਹੋ ਬਾਹਰ ਦੇ ਵਿੰਡੋ ਵਿੱਚ ਪਾ ਦਿਓ ਤੁਸੀਂ
ਕੀ ਰੱਖਿਆ ਜੀ ਤੁਸੀਂ? ਸੋ ਇਹ ਚਾਰਜਰ ਹੀ ਹੈਗਾ। ਸੋ ਮੈਂ ਦੂਸਰੀ ਸਾਈਡ ਦਿਖਾਉਣਾ ਤੁਹਾਨੂੰ ਇੱਥੇ। ਟੀਪੀ ਲਿੰਕ ਤੇ ਹੈਗਾ, ਦੋ USB ਪੋਰਟ ਹੈਗੇ ਆ। ਮੈਂ ਤੇ ਬਟਨ ਦਬਾਉਣਾ, ਤੁਸੀਂ ਦੇਖੋ ਉਹਦੇ ਪਾਵਰ ਲਾਈਟ ਆ ਜਾਂਦੇ ਆ। ਹੁਣ ਇਹਦੇ ਵਿੱਚ ਕੀ ਹੈਗਾ ਕਿ ਤੁਸੀਂ ਇਹਨੂੰ ਚਾਰਜ ਕਰ ਲਓ, ਤੋ ਇਹਨੂੰ ਤੇ ਕਿਵੇਂ 6 ਘੰਟੇ ਲੱਗਦੇ ਆ ਚਾਰਜ ਕਰਨ ਲਈ। ਬਟ ਤੁਸੀਂ ਆਪਣੇ ਆਈਫੋਨ ਜਾਂ ਆਈਪੈਡ ਜਾਂ ਸੈਮਸੰਗ ਫੋਨ ਨੂੰ ਤੁਸੀਂ 3 ਵਾਰੀ ਚਾਰਜ ਕਰ ਸਕਦੇ ਹੋ। ਅੱਛਾ, ਸੋ ਫੋਨ ਨੂੰ 3 ਵਾਰੀ ਕਰ ਸਕਦੇ ਹੋ, ਆਈਪੈਡ ਨੂੰ 2 ਵਾਰੀ ਕਰ ਸਕਦੇ ਹੋ। ਠੀਕ ਹੈ। ਸੋ ਇਹਦੇ ਵਿੱਚ ਪੂਰਾ ਪਾਵਰ ਹੈਗਾ। ਐਂਡ ਜੇ ਤੁਸੀਂ ਬਾਹਰ ਹੈਗੇ ਹੋ, ਤੁਸੀਂ ਤੁਹਾਨੂੰ ਲਾਈਟ ਵੀ ਚਾਹੀਦੀ ਹੈ, ਤੁਸੀਂ ਆਪਣਾ ਫਲੈਸ਼ ਲਾਈਟ ਆ ਜਾਂਦੀ ਹੈ। ਠੀਕ ਹੈ ਜੀ। ਸੋ ਕਾਫੀ 2-3 ਚੀਜ਼ ਹੈਗੇ। ਬਟ ਜੋ ਵੀ USB ਦਾ ਪੋਰਟ ਹੈਗਾ, ਸੋ ਆਪਣਾ ਕੈਮਰਾ ਚਾਰਜ ਕਰ ਲਓ, ਤੁਸੀਂ ਆਪਣਾ ਆਈਫੋਨ ਚਾਰਜ ਕਰੋ, ਜਿਸ ਕੁਛ ਵੀ ਚਾਰਜ ਕਰ ਸਕਦੇ ਹੋ। ਈਜ਼ੀ ਬਣਾ ਦਿੱਤਾ ਜੀ, ਟੀਪੀ ਲਿੰਕ ਨੇ ਹਾਂ ਜੀ ਬਣਾ ਲਿਆ। ਠੀਕ ਹੈ ਜੀ। ਅੱਗੋਂ ਅਸੀਂ ਕਿਹਦੀ ਗੱਲ ਕਰ ਰਹੇ ਹਾਂ ਜੀ ਆਪਾਂ? ਸੋ ਕੇਬਲ ਦਾ ਅਸੀਂ ਗੱਲ ਕਰ ਰਹੇ ਹਾਂ। ਸੋ USB ਦਾ ਪੋਰਟ, ਸੋ ਕੀ ਹੈਗਾ ਕਿ ਅੱਜ ਕੱਲ੍ਹ ਪ੍ਰੋਬਲਮ ਹੁੰਦੀ ਹੈ ਸਮਟਾਈਮਸ, ਜਿਹੜਾ ਫੋਨ ਦੇ ਨਾਲ ਕੇਬਲ ਆਉਂਦਾ ਥੋੜ੍ਹਾ ਛੋਟਾ ਆਉਂਦਾ। ਠੀਕ ਹੈ। ਸੋ ਬੈਲਕ ਨੇ ਕੀ ਕੀਤਾ ਹੈ ਕਿ ਇਹ ਨਵਾਂ ਕੇਬਲ ਆਇਆ ਹੋਇਆ, ਥੋੜ੍ਹਾ ਜਿਹਾ ਲੰਬਾ ਹੈਗਾ, ਮਿਕਸਡ ਅਪ ਕੇਬਲ ਹੈਗਾ। ਸੋ 2-3 ਕਲਰ ਵਿੱਚ ਆਉਂਦਾ, ਪਰ ਇਹਦੇ ਵਿੱਚ ਕੀ ਹੈਗਾ ਕਿ ਮੈਟਲ ਬ੍ਰੇਡਿੰਗ ਹੈ, ਇਹ ਕਾਫੀ ਸਟਰੋਂਗ ਹੈਗਾ, ਬੈਂਡ ਨਹੀਂ ਹੁੰਦਾ। ਜੇ ਤੁਸੀਂ ਬੈਂਡ ਵੀ ਕਰਦੇ ਹੋ ਵਾਪਸ ਆ ਜਾਂਦਾ, ਐਂਡ ਸੋਹਣਾ ਲੱਗਦਾ, ਸਿਲਵਰ ਹੈਗਾ। ਸੋ ਮੈਨੂੰ ਹਮੇਸ਼ਾ ਇੱਕ ਕਾਰ ਦੇ ਵਿੱਚ ਮੈਂ ਰੱਖਿਆ ਹੋਇਆ ਚਾਰਜਰ, ਘਰ ਦੇ ਵਿੱਚ ਰੱਖਿਆ, ਆਫਿਸ ਵਿੱਚ ਰੱਖਿਆ, ਸਾਰੇ ਉਹ ਸਪੈਸ਼ਲੀ ਜਿਹੜੇ ਆਈਫੋਨ ਦੇ ਲਾਈਟਨਿੰਗ ਪੋਰਟ ਹੈਗੇ, 2-3 ਜਗ੍ਹਾ ਤੇ ਮੈਂ ਰੱਖੇ ਹੋਏ। ਬੜਾ ਡਿਫਰੈਂਟ ਜਿਹਾ ਜੀ, ਦੇਖਣ 'ਚ ਬੜਾ ਸੋਹਣਾ, ਬਹੁਤ ਸੋਹਣਾ ਲੱਗਾ ਤਾ। ਜਿਹੜਾ ਆਈਫੋਨ 6 or 6 Plus ਨੇ ਅੱਜ ਕੱਲ੍ਹ ਧੁੰਮਾਂ ਪਾਈਆਂ ਪਈਆਂ ਜੀ, ਆਏ ਲਾਈਨ ਅਪ ਹਾਲੇ ਤੱਕ ਹੈਗੇ, ਮਿਲਦੇ ਵੀ ਨਹੀਂ ਜੀ ਆਈਫੋਨ 6 Plus ਤੇ। ਇੰਡੀਆ ਵਿੱਚ ਹੁਣੇ ਲਾਂਚ ਹੋਇਆ। ਅੱਛਾ ਜੀ। 16 ਨੂੰ ਲਾਂਚ, 16 ਨੂੰ ਲਾਂਚ ਹੋਇਆ, ਅਕਟੋਬਰ 16 ਨੂੰ ਲਾਂਚ ਹੋਇਆ। ਠੀਕ ਹੈ ਜੀ, ਇਹਨਾਂ ਬਾਰੇ ਦੱਸੋ ਜੀ ਹੁਣ ਤੁਸੀਂ। ਸੋ ਐਪ ਪਹਿਲੇ ਮੈਂ ਦਿਖਾਣਾ, ਆਈਫੋਨ 6 ਹੈਗਾ। ਸੋ 4.7-inch ਸਕਰੀਨ ਹੈਗਾ। ਠੀਕ ਹੈ ਜੀ। ਸੋ ਜਿਹੜਾ ਕਰੰਟ ਆਈਫੋਨ 5 ਐਂਡ 5S ਹੈਗਾ, ਉਹ 4-inch ਸਕਰੀਨ ਹੈਗੀ ਹੈ। ਐਂਡ ਇੱਕ ਤੇ ਉਹਦੇ ਨਾਲ ਲਾਈਟਰ ਹੈਗਾ, ਵੱਡਾ ਹੈਗਾ, ਲਾਈਟਰ ਹੈਗਾ, ਥਿਨਰ ਹੈਗਾ। ਮੈਂ ਇਹਦੇ ਤੇ ਕੇਸ ਵੀ ਲਾਇਆ ਹੋਇਆ, ਕਾਫੀ ਥਿਨਰ ਹੈਗਾ। ਸਪੀਡ ਬਹੁਤ ਸੋਹਣੀ ਹੈਗੀ। ਠੀਕ ਹੈ ਜੀ। ਐਪਸ ਹੈਗੇ, iOS 8 ਹੈਗਾ। ਸੋ ਉਹਦੇ 2-3 ਫੰਕਸ਼ਨਸ ਕਾਫੀ ਸੋਹਣੇ ਹੈਗੇ, ਪਰ ਮੇਨ ਜਿਹੜਾ ਹੈਗਾ, ਜਿਹੜੇ ਤੁਸੀਂ ਕਨੈਕਸ਼ਨ ਕਰਦੇ ਸੇਫ ਫਰੈਂਡਸ, ਤੁਹਾਡੇ ਕੋਲ ਰੋਜਰਸ ਦਾ LTE ਨੈਟਵਰਕ ਹੈਗਾ, ਸਪੀਡ ਬਹੁਤ ਸੋਹਣੀ ਹੈਗੀ, ਸਪੀਡ ਬਹੁਤ ਵਧੀਆ। ਸੋ ਜਿਸ ਆਪਣੇ ਫਾਈਲ ਕਰ ਰਹੇ ਹੋ, ਈਮੇਲਸ ਕਰ ਰਹੇ ਹੋ, ਫੋਟੋ ਜੋ ਵੀ ਖਿੱਚ ਰਹੇ ਹੋ, ਕਾਫੀ ਫਾਸਟ ਹੋ ਜਾਂਦਾ। ਪਰ 6 ਪਲੱਸ ਨੇ ਤੇ ਇਹਦੀ ਸਕਰੀਨ ਬਹੁਤ ਵਧੀਆ ਸੀ। 6 ਪਲੱਸ ਨੇ ਕੀ ਕੀਤਾ ਕਿ ਐਕਚੁਅਲ ਪਲੱਸ ਹੈਗਾ। ਠੀਕ ਹੈ ਜੀ। ਸੋ ਇਹ 5.5-inch ਸਕਰੀਨ ਹੈਗੀ ਹੈ, ਐਂਡ ਤੁਸੀਂ ਦੇਖੋ ਇਹ ਵੀ ਕਾਫੀ ਥਿਨ ਹੈਗਾ, ਜਿਹੜਾ ਕਰੰਟ ਆਈਫੋਨ 5 ਹੈਗਾ ਉਹਦੇ ਨਾਲ ਵੀ ਥਿਨਰ ਹੈਗਾ। ਠੀਕ ਹੈ। ਪਰ ਕਾਫੀ ਵੱਡਾ ਹੈਗਾ, ਐਂਡ 5.5-inch ਸਕਰੀਨ ਤੁਸੀਂ ਦੇਖੋ। ਹੁਣ ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਪਲੇਨ ਦੇ ਉੱਪਰ ਆਉਂਦੇ ਹੋ। ਹੁਣ ਮੈਂ ਕੀ ਕਹਿੰਦਾ, ਜਦੋਂ ਮੈਂ ਪਲੇਨ ਦੇ ਵਿੱਚ ਆਉਂਦਾ, ਮੈਂ ਆਪਣਾ ਆਈਫੋਨ ਰੱਖਦਾ, ਆਈਪੈਡ ਮਿਨੀ ਰੱਖਦਾ, ਜਾਂ ਆਈਪੈਡ ਆਈਪੈਡ ਰੱਖਣਾ ਮੂਵੀਜ਼ ਵਾਸਤੇ। ਠੀਕ ਹੈ ਜੀ। ਹੁਣ ਉਹ ਨਹੀਂ ਕਰਨਾ ਪੈਣਾ, ਸਿਰਫ ਆਪਣਾ ਆਈਫੋਨ 6 Plus ਮੈਂ ਰੱਖ ਸਕਦਾ, ਪੂਰੀ ਮੂਵੀ ਤੁਸੀਂ ਆਰਾਮ ਨਾਲ ਉਹਦੇ ਵਿੱਚ ਦੇਖ ਲਓ। ਫੰਕਸ਼ਨ ਇਹਦੇ ਇੰਨੇ ਜੀ, ਬੜਾ ਸਮਝਣ 'ਚ ਬੜੀ ਕਿੰਨੀ ਦੇਰ ਲੱਗ ਜਾਂਦੀ ਹੈ। ਉਹੀ ਖਾਸ ਹੈਗੇ ਕਿ ਤੁਸੀਂ ਫਨ ਹੈਗੇ ਕਿ ਤੁਸੀਂ ਹਾਂ ਇੱਕ ਇਸ ਹਫ਼ਤੇ ਮੈਂ ਨਵਾਂ ਸਿੱਖਿਆ, ਅਗਲੇ ਹਫ਼ਤੇ ਮੈਂ ਕੁਛ ਹੋਰ ਸਿੱਖੂੰਗਾ, ਅਤੇ ਫੋਨ ਦੇ ਤੁਸੀਂ ਹਰ ਵਾਰੀ ਇੱਕ ਹਫ਼ਤੇ ਬਾਅਦ ਤੁਸੀਂ ਕੁਛ ਸਿੱਖਦੇ ਹੋ। ਆਕਾਸ਼, ਸਾਡੀ ਜਿਹੜੀ ਸਭ ਤੋਂ ਇੰਪੋਰਟੈਂਟ ਅੱਜ ਦੀ ਆਈਟਮ ਹੈ ਜੀ, ਡਰਮ ਹੈ ਜੀ ਪਏ ਆਪਣੇ ਕੋਲ ਇੱਥੇ। ਓਕੇ, ਸੋ ਜਿਹੜੀ ਰੋਲਰ, ਨਾਲ ਡਰਮਰ ਵੀ ਹੈ ਜੀ, ਛੋਟਾ ਜਿਹਾ ਛੋਟਾ ਡਰਮਰ ਵੀ ਹੈਗਾ। ਰੋਲਰ ਨੇ ਕੀ ਕੀਤਾ ਕਿ ਰੋਲਰ ਇਜ਼ ਵਨ ਆਫ ਦਾ ਬੈਸਟ ਕੰਪਨੀ ਜਿਹੜੇ ਇੰਸਟਰੂਮੈਂਟਸ ਵਾਸਤੇ। ਠੀਕ ਹੈ ਜੀ। ਐਂਡ ਇਲੈਕਟ੍ਰਿਕ ਡਰਮ ਜਿਹੜੇ ਹੈਗੇ ਉਹ ਕਾਫੀ ਪਾਪੂਲਰ ਹੋ ਗਏ ਹੈ, ਬਿਕਾਜ਼ ਕੀ ਹੈਗਾ, ਜਦੋਂ ਲੋਕ ਪ੍ਰੈਕਟਿਸ ਕਰਦੇ ਹੈ, ਇਨਸਟੈਡ ਆਫ ਮੇਕਿੰਗ ਦ ਨੋਇਸ ਕਰਦੇ ਵਿੱਚ, ਤੁਸੀਂ ਆਪਣੇ ਹੈਡਫੋਨ ਲਾ ਸਕਦੇ ਹੋ, ਜਿੰਨਾ ਤੁਸੀਂ ਡਰਮਿੰਗ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ, ਕਿਸੇ ਨੂੰ ਡਿਸਟਰਬ ਨਹੀਂ ਕਰੇਗਾ, ਆਵਾਜ਼ ਨਹੀਂ ਆਏਗੀ, ਤੁਹਾਡੇ ਹੈਡਫੋਨ ਵਿੱਚ ਆ ਜਾਏਗਾ, ਵਜਾਓ ਤੇ ਆਪੇ ਸੁਣੋ। ਐਗਜੈਕਟਲੀ। ਹੁਣ ਨਵੇਂ ਜਿਹੜੇ ਸਿਸਟਮ ਹੈ, ਛੋਟੇ ਵੀ ਲਾ ਸਕਦੇ, ਵੱਡੇ ਵੀ ਲਾ ਸਕਦੇ ਹੋ। ਇਹ ਜਿਹੜਾ ਹੈਗਾ, ਇਹ TD4KP ਹੈਗਾ, ਪੋਰਟੇਬਲ ਹੈਗਾ। ਠੀਕ ਹੈ ਜੀ। ਸੋ ਤੁਸੀਂ ਇਹਨੂੰ ਪਿਕਅਪ ਕਰਕੇ, ਤੇ ਮੈਂ ਸਟੂਡੀਓ ਲੈ ਕੇ ਆਇਆ, ਇੱਕ ਹੱਥ ਵਿੱਚ ਲੈ ਕੇ ਆਇਆ, ਫੋਲਡ ਕਰਕੇ ਤੁਸੀਂ ਲੈ ਕੇ ਆ ਸਕਦੇ ਹੋ, ਖੋਲ ਦਿਓ ਤੁਸੀਂ, ਪੂਰਾ ਡਰਮ ਸੈਟ ਆ ਜਾਂਦਾ। ਐਂਡ ਸਾਡਾ ਪਲੇਅਰ ਡਰਮ ਆਰਮ, ਗੋ ਹੈਡ ਐਂਡ ਪਲੇ। ਤੁਹਾਡਾ ਜੀ, ਔਰ ਯੰਗ ਡਰਮਰ ਸਾਡੇ ਆਰਿਆਨ, ਫਿਰ ਸ਼ੁਰੂ ਹੋ ਜਾਓ ਜੀ, ਆਖਿਰ ਅਸੀਂ ਖਤਮ ਕਰੀਏ ਤੁਹਾਡੇ ਨਾਲ ਸੈਗਮੈਂਟ।